ਮਯੂਦਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਰੋਡ ਸ਼ੋਅ ਦੇ ਵਿੱਚ ਜੈਕ ਮਾਲਵੇਦੀ ਪਿਓਰ ਪਾਸ਼ਾ ਦੇ ਵਿੱਚ ਇੱਕ ਗੱਭਰੂ ਨੇ ਬਾਜ਼ ਮਾਰ ਕੇ ਉੱਚੀ ਆਵਾਜ਼ ਚ ਕਿਹਾ ਕਿ ਡੱਕਾ ਨਹੀਂ ਮਿਲਦਾ ਮਾਨਣਾ ਤੈਨੂੰ ਹੁਣ ਲਗ 13 ਬੰਦੇ ਜਿਹੜੇ ਪੰਜਾਬ ਚੋਂ ਲਗਭਗ ਮੈਂ ਤਾਂ ਹੀ ਕੰਗਾ ਗੁੰਗਿਆਂ ਦੀ ਆਬਾਦੀ ਸੀਗੀ ਉਹਨਾਂ ਦੀ ਤੇ ਉਹ ਗੁੰਗੇ ਸੀ ਤੇ ਬੋਲੇ ਵੀ ਸੀ ਬੈਰਸੀ ਪੰਜਾਬ ਦੇ ਕਿਸੇ ਵੀ ਹੱਕ ਦੀ ਗੱਲ ਉਹਨਾਂ ਸੁਣੀ ਨਹੀਂ ਸੁਣਨਗੇ ਤਾਂ ਅੱਗੇ ਜਾ ਕੇ ਕਰਨਗੇ।ថាਾ ਤੁਹਾਡੇ ਉੱਤੇ ਕੋਈ ਕਹਿੰਦਾ ਹੈ ਇਹ ਕਿਰਪਾਨ ਲਈ ਅੜ ਗਿਆ ਸੀ। ਇਹ ਛੋਟੀ ਗੱਲ ਹੈ ਕਿਰਪਾਨ ਲਈ ਅੜ ਗਿਆ ਸੀ। ਕਿਰਪਾਨ ਤੋਂ ਬਿਨਾ ਅਸੀਂ ਹੈ ਕਦੇ ਜੋਗਿਆ ਸੀ। ਖੈਬਰ ਤੱਕ ਰਾਜ ਕੀਤਾ ਆ ਉਹ ਕਿਰਪਾਨ ਨਾਲ ਕੀਤਾ ਆ। ਉਸ ਤੀਗ ਦੇ ذریعے ਕੀਤਾ ਆ। ਜੇ ਤੁਸੀਂ ਸਰਦਾਰ ਕਹੌਣੇ ਹੋ ਤਾਂ ਤੀਗ ਕਰਕੇ ਕਹੌਣੇ ਹੋ। ਭਗਵੰਤ ਸਿੰਘ ਮਾਨ ਹੋਣੀ ਤੀਜੀ ਥਾਂ ਆ ਗਏ ਨੇ ਪਹਿਲਾਂ ਇੱਕ ਆਪਣੀ ਪਾਰਟੀ ਇਹਨਾਂ ਨੇ ਬਣਾਈ ਉਸ ਤੋਂ ਬਾਅਦ ਪੀਪੀ ਚਾ ਆ ਗਏ ਉਸ ਤੋਂ ਬਾਅਦ ਹੁਣ ਇੱਥੇ ਆ ਗਏ ਨੇ ਜੇ ਅੱਜ ਕੀ ਮੁੱਖ ਮੰਤਰੀ ਦੇ ਕੈਂਡੀਡੇਟ ਨਾ ਹੁੰਦੇ ਹੋ ਸਕਦਾ ਬੀਜੇਪੀ ਚ ਹੁੰਦੇ ਇਹ ਅਗਲੀ ਗੱਲ ਆ ਹੋ ਸਕਦਾ ਹੁੰਦੇ ਤੁਸੀਂ ਪਿਆਰ ਦੀ ਗੱਲ ਨਹੀਂ ਕਰ ਰਹੇ ਤੁਸੀਂ 9 ਜਣ ਗੱਬਰਾਂ ਨੂੰ ਕਤਲ ਕਰਨ ਦੀ ਗੱਲ ਕਰ ਰਹੇ ਹੋ ਤੁਸੀਂ ਅੱਜ ਬਿਆਨ ਦਿੱਤਾ ਕਿ ਅਸੀਂ ਸਫਾਇਆ ਕਰ ਦੇਾਂਗੇ ਗੈਂਗਸਟਰਾਂ ਦਾ ਸਫਾਇਆ ਕਿਵੇਂ ਕਰੋਗੇ ਉਹ ਪੰਜਾਬ ਦੇ ਗੱਬਰੂ ਨੇ ਇਹ ਜਿਹੜੇ ਨੈੱਟ ਡੈੱਟ ਪਾਸ ਵਾਲਿਆਂ ਦੇ ਸਿਰਾਂ 'ਚ ਡਾਂਗਾ ਮਾਰਦੇ ਉਹ ਇਹਨਾਂ ਨੇ ਕੱਲ ਨੂੰ ਗੈਂਗਸਟਰ ਹੀ ਬਣਨਾ ਆ ਜਿਵੇਂ ਸ਼ੋਮਨੀ ਕਾਲੇ ਦੇ ਵੀ ਬੰਦੀ ਸਿੰਘਾਂ ਦੀ ਰਹਿ ਗਈ ਦੀ ਗੱਲ ਕਰ ਰਿਹਾ ਹੈ ਕਿਤਨੇ ਕਿਤੇ ਤੁਸੀਂ ਵੀ ਮੂਵਮੈਂਟ ਦੇ ਵਿੱਚ ਰਹੇ ਹੋ ਰਾਜਵਾਨਾ ਸਾਹਿਬ ਦੇ ਭੈਣ ਆ ਤੁਹਾਣਾ ਜਿ ਖਰੇ ਨੇ ਕਿ ਲੜਦਾ ਵੀ ਤੁਹਾਨੂੰ ਨਹੀਂ ਕੋਈ ਅੰਦਰੋਂ ਜੈ ਕਹੇ ਲਈ ਰਾਜਵਾਨਾ ਸਾਹਿਬ ਬਨੋ ਜਾ ਤੁਹਾਡੇ ਜਿਹੜੇ ਹੋਰ ਬੰਦੀ ਸਿੰਘ ਬਨੋ ਤੁਹਾਨੂੰ ਕਿਹਾ ਹੋਵੇ ਕਿ ਸ਼੍ਰੋਮਣੀ ਕਾਲਜ ਦਾ ਸਪੋਰਟ ਕਰੋ ਤੁਸੀਂ ਸਿਮਤਮਾਨ ਦੀ ਸਪੋਰਟ ਨਾ ਕਰੋ ਐਦਾਂ ਦੇ ਕੋਈ ਤੁਹਾਡੇ ਤੇ ਪ੍ਰਭਾਵ ਪਾਏਗਾ ਅਰੇ ਪੋਸਟਰ ਦੇ ਉੱਤੇ ਕੀ ਲਿਖਿਆ ਹੈ ਸਾਰੇ ਪੋਸਟਰਾਂ ਦੇ ਹੁਣ ਅੱਜ ਤੋਂ ਬਾਅਦ ਤੁਹਾਡੀ ਚੈਨਲ ਤੋਂ ਬਾਅਦ ਜੇ ਬਦਲ ਲਗੇ ਤਾਂ ਫੇਰ ਇਹ ਸਹਿਹਿਰਤਾ ਨਹੀਂ ਹੋਊਗੀ ਹੁਣ ਐਵੇਂ ਚੱਲਣ ਦੇਣਾ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਬੰਦੀ ਸਿੰਘ ਦੀ ਰਿਹਾਈ ਮੈਂ ਕੱਲ ਰਾਮੂ ਵਾਲੀ ਨੇ ਇੱਕ ਬਿਆਨ ਦਿੱਤਾ ਆ ਜਿਹੜਾ ਇਹਨਾਂ ਨੂੰ ਇਹਨਾਂ ਦੀ ਜੁੰਡਲੀ ਦਾ ਕਿਤੇ ਨਾ ਕਿਤੇ ਨਾਲ ਰਿਹਾ ਆ ਕਿਤੇ ਨਾ ਕਿਤੇ ਘੋਕ খিਚੜੀ ਰਹੇ ਨੇ ਪਰ ਉਹ ਗੱਲ ਜ਼ਰੂਰ ਕਰਦਾ ਆ ਉਹ ਕਹਿੰਦਾ ਸੂਰਜ ਦੂਜੇ ਪਾਸੇ ਚੜ ਸਕਦਾ ਆ ਧਰਤੀ ਪਲਟ ਸਕਦੀ ਆ ਖੁਸਰਿਆਂ ਦੇ ਕਰ ਬੱਚਾ ਹੋ ਸਕਦਾ ਆ ਠੀਕ ਆ ਪਰ ਇਹ ਪਰਿਵਾਰ ਤੋਂ ਪੰਥ ਕਦੀ ਉਮੀਦ ਨਾ ਕਰੇ ਪੰਜਾਬ ਦੇ ਵਿੱਚ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਮਨੀ ਚੌਣ ਨੂੰ ਲੈ ਕੇ ਜਿਹੜਾ ਚੋਣਾ ਖਾੜਾ ਪਕਿਆ ਹੋਇਆ ਸਾਰੀਆਂ ਪਾਰਟੀਆਂ ਵੱਲੋਂ ਆਪ ਆਪਣਾ ਜੋਰ ਲਾਇਆ ਜਾ ਰਿਹਾ ਸੋ ਗੱਲਬਾਤ ਕਰ ਰਹੇ ਹਾਂ ਜੀ ਬਾਬਾ ਬਖਸ਼ੀਰ ਜੀ ਸਿਮਰਤ ਸਿੰਘ ਮਾਨ ਦੀ سپورਟ ਵਾਸਤੇ ਜਿਹੜੇ ਪ੍ਰਚਾਰ ਕਰ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਕਿੱਦਾਂ ਦਾ ਮਾਹੌਲ ਹੈ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਜੀ ਤੇ ਉਹਦਾ ਸਬੂਤ ਅੱਜ ਅ ਮਯੂਦਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਰੋਡ ਸ਼ੋਅ ਦੇ ਵਿੱਚ ਜੈਕ ਮਾਲਵੇਦੀ ਪਿਓਰ ਭਾਸ਼ਾ ਦੇ ਵਿੱਚ ਇੱਕ ਗੱਭਰੂ ਨੇ ਆਵਾਜ਼ ਮਾਰ ਕੇ ਉੱਚੀ ਆਵਾਜ਼ ਚ ਕਿਹਾ ਕਿ ਡੱਕਾ ਨਹੀਂ ਮਿਲਦਾ ਮਾਨਾ ਤੈਨੂੰ ਹੁਣ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀ ਕਿ ਜਿਹੜੇ 5 ਮਹੀਨੇ ਪਹਿਲਾਂ ਅ ਗਲੀਆਂ ਸਾਫ਼ ਕਰਦੇ ਰਹੇ ਜਿਨ੍ਹਾਂ ਨੇ ਪੋਸਟਰ ਲਾਏ ਜਿਨ੍ਹਾਂ ਨੇ ਪ੍ਰਚਾਰ ਕੀਤਾ ਤੇ ਲੋਕਾਂ ਨਾਲ ਫੇਸਬੁੱਕ ਤੇ ਲੜਦੇ ਰਹੇ ਪਿੰਡਾਂ 'ਚ ਦੁਸ਼ਮਣੀਆਂ ਪਾਲੀਆਂ ਉਹ ਨੌਜਵਾਨਾਂ ਦੇ ਮਨਾਂ 'ਚੋਂ 5 ਮਹੀਨਿਆਂ 'ਚ ਮੁੱਖ ਮੰਤਰੀ ਕਿਵੇਂ ਲੈ ਗਏ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਆ ਤੇ ਮੁੜ ਕੇ ਉਹਨਾਂ ਨੇ ਆਪਣੀ ਬਾਡੀ ਲੈਂਗੁਏਜ ਦੇ ਵਿੱਚ ਕੁਝ ਕਿਹਾ ਵੀ ਜਿਹੜਾ ਕਿ ਪ੍ਰੈਸ ਰਿਲੀਜ਼ ਕਰੂਗੀ ਸਾਡੀ ਸਮਝ 'ਚ ਨਹੀਂ ਆਇਆ ਪਰ ਉਹਨਾਂ ਨੇ ਕਿਹਾ ਜ਼ਰੂਰ ਉਸ ਨੌਜਵਾਨ ਨੂੰ ਮੁੜ ਕੇ ਕੁਝ ਜਿਹੜਾ ਕਿ ਸਮਝ ਨਹੀਂ ਆਇਆ ਹੈਗਾ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ ਤੇ ਉਹਨੇ ਇਹ ਵੀ ਕਿਹਾ ਕਿ ਐਤ ਕੀ ਤਾਂ ਅਸੀਂ ਮਾਨ ਨੂੰ ਹੀ ਵੋਟਾਂ ਪਾਵਾਂਗੇ ਇਹ ਆਉਣ ਦਾ ਰਿਕਾਰਡ ਆ ਤਾਂ ਇਸ ਤੋਂ ਬਾਅਦ ਰਿਸਪੌਂਸ ਕੀ ਹੋ ਸਕਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਬਜ਼ੁਰਗ ਨੇ ਜਿਹੜੇ ਨੌਜਵਾਨ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਐਦ ਕੀ ਜੋ ਵੀ ਮਰਜ਼ੀ ਹੋ ਜੇ ਜਿਹੜੀ ਮਰਜ਼ੀ ਪਾਰਟੀ ਚ ਹੋਈਏ ਕਿਉਂਕਿ ਖੇਤਰੀ ਪਾਰਟੀ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਚ ਉਹ ਜੇ ਅਸੀਂ ਦੇਖ ਲਾਂਗੇ ਕਿਹਨੂੰ ਚੁਣਨਾ ਆ ਉਹ ਭਾਵੇਂ ਆਮ ਆਦਮੀ ਨੂੰ ਚੁਣਨਾ ਚਾਹੇ ਕਾਂਗਰਸ ਨੂੰ ਚੁਣਨਾ ਚਾਹੇ ਜਿੰਨੂੰ ਮਰਜ਼ੀ ਉਹ ਅਗਲੀ ਗੱਲ ਆ ਪਰ ਉਹ ਕਹਿੰਦੇ ਨੇ ਕਿ ਐਮਪੀ ਅਸੀਂ ਜਿਹੜੀ ਸਾਡੀ ਗੱਲਬਾਤ ਹੁੰਦੀ ਆ ਕਿ ਅਸੀਂ ਉਹ ਐਮਪੀ ਨਹੀਂ ਚੁਣਨੇ ਜਿਹੜੇ ਮੋਬਾਈਲਾਂ ਤੇ ਜਾ ਕੇ ਫਿਲਮਾਂ ਦੇਖਣਾਂ ਜਿਹੜੇ ਸੁੱਤੇ ਫੜੇ ਜਾਣ ਤੇ ਜਿਨ੍ਹਾਂ ਨੂੰ ਇਹ ਗੱਲ ਦੀ ਪੈਨਲਟੀ ਲੱਗੇ ਕਿ ਤੁਸੀਂ ਸੁੱਤੇ ਪਿਆ ਹੋ ਪਾਰਲੀਮੈਂਟ ਦੇ ਵਿੱਚ ਔਰ ਉਸ ਪਾਰਲੀਮੈਂਟ ਦੇ ਵਿੱਚ ਜਿੱਥੇ ਅਰਬ ਤੋਂ ਉੱਤੇ ਜਿਹੜੀ ਆਬਾਦੀ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੋਕ ਜਿਹੜੇ ਸੰਸੀਅਰ ਹੀ ਨਾ ਹੋਣ ਜਿਹੜੇ ਸੁੱਤੇ ਪਾਏ ਜਾਣ ਉਸ ਜਿੱਥੇ ਕਾਨੂੰਨ ਘੜੇ ਜਾਂਦੇ ਨੇ ਜਿੱਥੇ ਸੰਵਿਧਾਨ ਦੀ ਪਾਲਣਾ ਹੁੰਦੀ ਆ ਜੇ ਤੁਸੀਂ ਸੰਗਰੂਰ ਤੇ ਬਰਨਾਲਾ ਇੱਕ ਸੀਟ ਆ ਤੇ ਇਸ ਦੇ ਵਿੱਚ ਤੁਸੀਂ ਦੇਖ ਲੋਗੇ ਲਗਭਗ 10 12 ਸੀਟਾਂ ਹੋਣਗੀਆਂ ਐਮਐਲ ਦੀਆਂ ਤਾਂ ਇੰਨੇ ਵੱਡੇ ਏਰੀਏ ਦੇ ਵਿੱਚੋਂ ਇੱਕ ਬੰਦਾ ਚੁਣ ਕੇ ਜਾਂਦਾ ਜਿਹੜੇ ਲੋਕ ਉਹਨੂੰ ਚੁਣ ਕੇ ਭੇਜਦੇ ਨੇ ਤੇ ਉਹ ਉਸ ਪਾਰਲੀਮੈਂਟ ਦੇ ਵਿੱਚ ਗੱਲ ਸੁਣਨ ਦੀ ਬਜਾਇ ਸੌਂ ਜੇ ਤੇ ਜਾਂ ਉਹ ਫਿਲਮ ਵੇਖੇ ਤੇ ਜਾਂ ਉਹਨਾਂ ਦਾ ਸਭ ਤੋਂ ਵੱਡਾ ਸਰਦਾਰ ਉੱਥੇ ਸ਼ਰਾਬੀ ਹਾਲਤ 'ਚ ਪਾਇਆ ਜਾਏ ਤੇ ਉਹਨੂੰ ਪੈਨਲਟੀ ਲੱਗ ਜਾਏ ਕਿ ਤੂੰ ਇੱਥੇ ਆਉਣਾ ਨਹੀਂ ਹੈਗਾ 60 ਦਿਨਾਂ ਵਾਸਤੇ ਉਹਨਾਂ ਲੋਕਾਂ ਨੂੰ ਜੇ ਆਪਾਂ ਚੁਣ ਕੇ ਭੇਜਾਂਗੇ ਤੇ ਫਿਰ ਪੰਜਾਬ ਦੀ ਤਾਂ ਰੱਬੇ ਰੱਖ ਆ ਕਿਉਂਕਿ ਉੱਥੇ ਹੁਣ ਤੱਕ 13 ਬੰਦੇ ਜਿਹੜੇ ਪੰਜਾਬ ਚੋਂ ਲਗਭਗ ਮੈਂ ਤਾਂ ਹੀ ਕੰਗਾ ਗੁੰਗਿਆਂ ਦੀ ਆਬਾਦੀ ਸੀਗੀ ਉਹਨਾਂ ਦੀ ਤੇ ਉਹ ਗੁੰਗੇ ਸੀ ਤੇ ਬੋਲੇ ਵੀ ਸੀ ਬਹਿਰੇ ਸੀ ਪੰਜਾਬ ਦੇ ਕਿਸੇ ਵੀ ਹੱਕ ਦੀ ਗੱਲ ਉਹਨਾਂ ਸੁਣੀ ਨਹੀਂ ਸੁਣਨਗੇ ਤਾਂ ਅੱਗੇ ਜਾ ਕੇ ਕਰਨਗੇ ਮਹਿਸੂਸ ਕਰਨਗੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਵਪਾਰੀਆਂ ਨੂੰ ਇੱਥੇ ਜਿੰਨੇ ਵੀ ਵਰਗ ਰਹਿੰਦੇ ਨੇ ਕਿਉਂਕਿ ਮੁੱਖ ਮੰਤਰੀ ਜਾਂ ਐਮਪੀ ਜਿਹੜਾ ਹੁੰਦਾ ਉਹ ਕਿਸੇ ਇੱਕ ਧਰਮ ਦਾ ਨਹੀਂ ਹੁੰਦਾ ਨਿੱਜੀ ਤੌਰ ਤੇ ਉਹਦਾ ਆਪਣਾ ਇੱਕ ਧਰਮ ਹੁੰਦਾ ਆ ਉਹ ਆਪਣੇ ਕਿਸੇ ਖਿੱਤੇ ਨੂੰ ਆਪਣੇ ਕਿਸੇ ਕੌਮ ਨੂੰ ਅ ਬਲੌਂਗ ਕਰਦਾ ਹੁੰਦਾ ਪਰ ਜਦੋਂ ਉਹ ਸਿਆਸਤ ਆਏ ਨਾ ਜਿਹਨੂੰ ਸਿੱਖ ਰਾਜਨੀਤੀ ਅਸੀਂ ਕਹਿੰਨੇ ਆ ਉਹਦੇ ਲਈ ਫਿਰ ਸੱਬੇ ਸਾਂਝੀ ਵਾਲਸ ਦਾ ਇਹਨਾਂ ਕੋਈ ਨਾ ਦੱਸਿਆ ਬਾਰਾ ਜੀ ਉਸ ਪਰਖੇਵ ਚੋਂ ਕੰਮ ਕਰਦਾ ਸੇਵਾਦਾਰੀ ਤਰੀਕੇ ਨਾਲ ਉਹਨੂੰ ਕੰਮ ਕਰਨਾ ਚਾਹੀਦਾ ਚਾਹੇ ਹਿੰਦੂ ਆ ਜੇ ਮੁਸਲਮਾਨ ਆ ਜੇ ਸਿੱਖ ਆ ਜੇ ਉਹਨਾਂ ਸਾਰਿਆਂ ਦਾ ਹੀ ਓਐਮਪੀ ਹੁੰਦਾ ਆ ਸੋ ਇਹ ਗੱਲ ਮਾਨ ਸਾਹਿਬ ਨੇ ਕਰਕੇ ਵਿਖਾਈ ਆ ਯੂਨੀਅਨ ਸਟੇਟ ਆਫ ਇੰਡੀਆ ਦੇ ਵਿੱਚ ਮੇਰੇ ਖਿਆਲ ਚ ਜਿਨ ਜਿਨਾਂ ਕੋ ਮੈਨੂੰ ਪਤਾ ਹੋ ਸਕਦਾ ਕੋਈ ਹੋਰ ਵੀ ਆਇਆ ਹੋਵੇ ਬੈਸਟ ਐਮਪੀ ਦਾ ਅਵਾਰਡ ਵੀ ਸਰਦਾਰ ਮਾਨ ਸਾਹਿਬ ਨੂੰ ਮਿਲਿਆ ਆ ਤੇ ਬੈਸਟ ਐਮਪੀ ਦਾ ਅਵਾਰਡ ਕਿਵੇਂ ਮਿਲ ਸਕਦਾ ਜੇ ਅਸੀਂ ਪਿਆਰ ਦੀ ਭਾਸ਼ਾ ਨਾਲ ਗੱਲ ਨਹੀਂ ਕਰ ਸਕਦੇ ਜੇ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਫਿਰ ਇੰਡੀਆ ਜਿਨ੍ਹਾਂ ਨੇ ਪਾਰਲੀਮੈਂਟ ਦੇ ਐਮਪੀਆ ਨੂੰ ਅਵਾਰਡ ਦਿੱਤਾ ਆ ਉਹ ਪਾਗਲ ਥੋੜੇ ਆ ਜਿਨ੍ਹਾਂ ਨੇ ਬੈਸਟ ਐਮਪੀ ਦਾ ਅਵਾਰਡ ਮਾਨ ਸਾਹਿਬ ਨੂੰ ਦਿੱਤਾ ਆ ਜਿਹੜਾ ਹੁਣ ਅੱਜ ਥਾਂ ਥਾਂ ਦੇ ਉੱਤੇ ਕੋਈ ਕਹਿੰਦਾ ਏ ਕਿਰਪਾਨ ਲਈ ਅੜ ਗਿਆ ਸੀ ਇਹ ਛੋਟੀ ਗੱਲ ਹੈ ਕਿਰਪਾਨ ਲਈ ਅੜ ਗਿਆ ਸੀ ਕਿਰਪਾਨ ਤੋਂ ਬਿਨਾ ਅਸੀਂ ਹੈ ਕਰ ਦੇ ਯੋਗ ਅਸੀਂ ਖੈਬਰ ਤੱਕ ਰਾਜ ਕੀਤਾ ਆ ਉਹ ਕਿਰਪਾਨ ਨਾਲ ਕੀਤਾ ਆ ਉਹ ਤੇਗ ਦੇ ذریعے ਕੀਤਾ ਆ ਜੇ ਤੁਸੀਂ ਸਰਦਾਰ ਕਹੋਨੇ ਹੋ ਤਾਂ ਤੇਗ ਕਰਕੇ ਕਹੋਨੇ ਹੋ ਉਹ ਤੇਗ ਜਿਹੜੀ ਆ ਉਹ ਗੁਰੂ ਨਾਨਕ ਦੇ ਦਸਵੇਂ ਘਰ ਦੇ ਵਿੱਚੋਂ ਸਾਨੂੰ ਬਖਸ਼ਿਸ਼ ਹੋਈ ਆ ਅਕਾਲ ਤਖਤ ਦੇ ਉਤੋਂ 6ਵੇਂ ਸਤਗੁਰਾਂ ਨੇ ਸਾਨੂੰ ਬੜੇ ਮਾਣ ਨਾਲ ਸੱਦ ਕੇ ਦਿੱਤੀ ਆ ਉਹ ਮੀਰੀ ਪੀਰੀ ਦੇ ਸਿਧਾਂਤ ਦਾ ਕਿਤੇ ਨਾ ਕਿਤੇ ਉਹਨੂੰ ਸਿੱਖ ਜਿਹੜਾ ਆ ਉਹਨੂੰ ਫੜ ਕੇ ਮਾਣ ਮਹਿਸੂਸ ਕਰਦਾ ਉਹ ਸਿੱਖ ਦਾ ਅੰਗ ਆ ਉਹ ਸਾਡੀ ਮਰਿਆਦਾ ਦਾ ਹਿੱਸਾ ਆ ਤੇ ਉਹਨੂੰ ਤੁਸੀਂ ਐਵੇਂ ਹੀ ਤਲਵਾਰ ਫੜ ਲੰਦਾ ਜਿਹੜਾ ਕਿਤਾਬ ਕਿਵੇਂ ਦੇ ਸਕਦੇ ਹੋ ਇਦਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਪਰ ਕਿਤਨਾ ਕਿਤੇ ਜਿਹੜਾ ਭਗਵੰਤ ਮਾਨ ਨੇ ਕਿਹਾ ਕਿ ਜਿਹੜੀ ਗੱਲ ਬਾਤ ਤੁਸੀਂ ਵੈਸੇ ਕਲੀਅਰ ਕਰੀ ਦਿੱਤੀ ਕਿ ਸਿਮਰਤ ਮਾਨ ਉਹ ਨਹੀਂ ਤਾਂ ਤਲਵਾਰਾਂ ਚੱਕੀ ਫਿਰਦੇ ਨੇ ਤੇ ਅਸੀਂ ਕਹਿੰਦਾ ਵੀ ਜਿਹੜਾ ਪਿਆਰ ਦੀ ਭਾਸ਼ਾ ਨਾਲ ਗੱਲ ਕਰਦੇ ਆਂ ਅਸੀਂ ਪਿਆਰ ਵੰਡਦੇ ਆਂ ਕੀ ਲੱਗਦਾ ਵੀ ਅਸਲ ਦੇ ਵਿੱਚ ਤੁਸੀਂ ਅੱਜ ਤੱਕ ਵੇਖਿਆ ਕਿ ਸਰਦਾਰ ਮਾਨ ਨੇ ਆਪਣੀ ਕਿਰਪਾਨ ਦੇ ਨਾਲ ਕਿਸੇ ਵੀ ਉੱਥੇ ਗਏ ਹੋਏ ਬੰਦੇ ਦੀ ਅਨਸਲਟ ਕੀਤੀ ਹੋਈ ਰਾਜਾਂ ਦੇ ਕਿਸੇ ਮਲਾਜ਼ਮ ਨਾਲ ਕਿਰਪਾਨ ਦੇ ਜ਼ੋਰ ਤੇ ਕੋਈ ਇਦਾਂ ਦੀ ਗੱਲ ਕੀਤੀ ਹੋਏ ਜਾਂ ਕੋਈ ਵੀ ਇੱਕ ਆਧਾਰਨ ਇਦਾਂ ਦੀ ਦੇ ਦੇਣਾ ਤੇ ਜਿਹੜੇ ਇਹਨਾਂ ਦੇ ਪਿਆਰ ਵਾਲੇ ਨੇ ਜਿਹੜੇ ਪਿਆਰ ਦੇ ਫੁੱਲ ਵੰਡਦੇ ਨੇ ਉਹ ਐਮਏ ਬੀਐਡ ਤੇ ਟੀਚਰਾਂ ਨੂੰ ਤੇ ਨੈਟ ਡੈਟ ਪਾਸ ਵਾਲਿਆਂ ਨੂੰ ਜਦ ਸ਼ਰੇ ਬਾਜ਼ਾਰ ਡਾਂਗ ਫੇਰਦੇ ਨੇ ਜਾਦੋਨਾਂ ਦੇ ਸਿਰ ਪਾੜਦੇ ਨੇ ਚੁੰਨੀਆਂ ਲਾਉਂਦੇ ਨੇ ਗਲਮਿਆਂ ਤੋਂ ਫੜ ਕੇ ਧੀਆਂ ਨੂੰ ਖਿੱਚਦੇ ਨੇ ਇਹ ਵੀ ਨਹੀਂ ਸ਼ਰਮ ਕਰਦੇ ਹੈਗੇ ਕਿ ਨੌਜਵਾਨ ਧੀਆਂ ਨੇ ਗਲਮਿਆਂ ਤੋਂ ਫੜਨ ਦਾ ਕੀ ਆਈਡੀਆ ਇਹਨਾਂ ਦਾ ਤੇ ਉਸ ਸਿਰਾਂ ਦੇ ਉੱਤੋਂ ਪੱਗਾਂ ਲਾਉਂਦੇ ਨੇ ਜਿਹੜੇ ਐਮਏ ਬੀਐਡ ਪੜ੍ਹੇ ਲਿਖੇ ਨੌਜਵਾਨ ਨੇ ਇਹ ਕਿਹੜਾ ਪਿਆਰ ਹੈ ਕਦੀ ਸਰਦਾਰ ਮਾਨ ਨੇ ਤਾਂ ਨਹੀਂ ਇਦਾਂ ਕੀਤਾ ਹੋਤਾ ਪੁਲਿਸ ਅਫਸਰ ਵੀ ਰਹੇ ਨੇ ਉਹਨਾਂ ਨੇ ਕਦੀ ਕਿਸੇ ਨਾਲ ਜਾਤੀ ਨਹੀਂ ਸੀ ਕੀਤੀ ਹੈਗੀ ਦਰਬਾਰ ਸਾਹਿਬ ਚ ਡੀਸੀ ਵੀ ਰਹੇ ਨੇ ਉਹ ਸੋ ਇਹ ਸਿਰਫ ਲੋਕਾਂ ਨੂੰ ਇੱਕ ਛਲਾਵਾ ਇਹ ਹੈਗੇ ਨਹੀਂ ਛਲੇਡੇ ਇਹ ਛਲਾਵੇ ਵਾਲੇ ਨੇ ਛਲਾਵਾ ਕਰਕੇ ਇਹਨਾਂ ਨੇ ਜਾਣਾ ਸਰਦਾਰ ਮਾਨ ਭਗਵੰਤ ਸਿੰਘ ਮਾਨ ਹੋਣੀ ਤੀਜੀ ਥਾਂ ਆ ਗਏ ਨੇ ਪਹਿਲਾਂ ਇੱਕ ਆਪਣੀ ਪਾਰਟੀ ਇਹਨਾਂ ਨੇ ਬਣਾਈ ਉਦੋਂ ਬਾਅਦ ਪੀਪੀ ਚਾ ਆ ਗਏ ਉਦੋਂ ਬਾਅਦ ਹੁਣ ਇੱਥੇ ਆ ਗਏ ਨੇ ਜੇ ਆਜ ਕੀ ਮੁੱਖ ਮੰਤਰੀ ਦੇ ਕੈਂਡੀਡੇਟ ਨਾ ਹੁੰਦੇ ਹੋ ਸਕਦਾ ਬੀਜੇਪੀ ਚ ਹੁੰਦੇ ਇਹ ਅਗਲੀ ਗੱਲ ਹੋ ਸਕਦਾ ਹੁੰਦੇ ਪਰ ਸਰਦਾਰ ਮਾਨ ਜਦੋਂ ਤੋਂ ਸੰਤਪਿੰਡਰਾਂ ਵਾਲੇ ਸ਼ਹੀਦ ਹੋਏ ਨੇ ਤੇ ਅੱਜ ਤੱਕ ਸਰਦਾਰ ਮਾਨ ਤੇ ਇਕੱਲੇ ਜ਼ਰ ਅੰਮ੍ਰਿਤਸਰੀ ਰਿਹਾ ਉਹਨੂੰ ਕੋਈ ਵੀ ਇਹਨਾਂ ਦੀ ਪਾਰਟੀ ਆਪਣੇ ਸਿਧਾਂਤ ਤੋਂ ਟਰਕਾ ਨਹੀਂ ਸਕੀ ਤੇ ਖਰੀਦ ਨਹੀਂ ਸਕੀ ਲੱਖ ਘਾਟਾਂ ਹੋਣਗੀਆਂ ਸਾਡੇ ਚ ਆਪੇ ਚ ਵਖਰੇ ਵੀ ਹੋਣਗੇ ਪਰ ਮਾਨ ਬਾਦ ਸਿੱਖਾਂ ਦਾ ਇੱਕ ਲੀਡਰ ਹੈ ਜਿਹਨੂੰ ਜੇ ਲੀਡਰ ਨਾ ਹੁੰਦਾ ਤੇ ਸੁਖਬੀਰ ਬਾਦਲ ਚੱਲ ਕੇ ਸਰਦਾਰ ਮਾਨ ਦੇ ਘਰ ਨਹੀਂ ਸੀ ਜਾਂਦਾ ਇਹ ਤਾਂ ਕਿਸੇ ਦੇ ਘਰ ਦੇ ਨੇੜੇ ਉਹ ਨਹੀਂ ਲੰਘਦੇ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ ਜੇ ਸਰਦਾਰ ਮਾਨ ਲੀਡਰ ਹੈ ਤੇ ਤਾਂ ਚੱਲ ਕੇ ਤਲਾਣੀਆਂ ਗਏ ਨੇ ਇਹ ਏਡੀ ਗੱਲ ਆ ਕਦੀ ਵੀ ਭਗਵੰਤ ਸਿੰਘ ਮਾਨ ਦੇ ਘਰ ਸੁਖਬੀਰ ਬਾਦਲ ਚੱਲ ਕੇ ਨਹੀਂ ਆਊਗਾ ਉਹਨੂੰ ਪਤਾ ਕਿ ਕਿੱਡਾ ਵੱਡਾ ਲੀਡਰ ਆ ਏ ਸੋ ਇਹਨੂੰ ਹੋਛਾ ਜਾਂ ਵਗੜੈਲ ਛਗੜੈਲ ਇਦਾਂ ਦਾ ਲੀਡਰ ਤਾਂ ਕਦੀ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਕੋਲ ਇਹਦੇ ਪ੍ਰੂਫ ਨੇ ਤੇ ਅਸੀਂ ਵਿਦ ਐਗਜ਼ਾਮਪਲ ਤੇ ਸਾਰੀ ਗੱਲ ਜਿਹੜੀ ਹੈ ਦਲੀਲ ਨਾਲ ਰੱਖ ਸਕਦੇ ਹਾਂ ਸਾਡੇ ਨਾਲ ਜਿੱਥੇ ਮਰਜ਼ੀ ਬਹਿਸ ਕਰ ਸਕਦੇ ਨੇ ਕਿ ਤੁਸੀਂ ਪਿਆਰ ਦੀ ਗੱਲ ਨਹੀਂ ਕਰ ਰਹੇ ਤੁਸੀਂ 9 ਜਣ ਗੱਬਰਾਂ ਨੂੰ ਕਤਲ ਕਰਨ ਦੀ ਗੱਲ ਕਰ ਰਹੇ ਹੋ ਤੁਸੀਂ ਅੱਜ ਬਿਆਨ ਦਿੱਤਾ ਕਿ ਅਸੀਂ ਸਫਾਇਆ ਕਰਦੇ ਹਾਂ ਕਿ ਗੈਂਗਸਟਰਾਂ ਦਾ ਸਫਾਇਆ ਕਿਵੇਂ ਕਰੋਗੇ ਉਹ ਪੰਜਾਬ ਦੇ ਗੱਬਰੂ ਨੇ ਇਹ ਜਿਹੜੇ ਨੈੱਟ ਡੈੱਡ ਪਾਸ ਵਾਲਿਆਂ ਦੇ ਸਿਰਾਂ 'ਚ ਡਾਂਗਾ ਮਾਰਦੇ ਉਹ ਇਹਨਾਂ ਨੇ ਕੱਲ ਨੂੰ ਗੈਂਗਸਟਰ ਹੀ ਬਣਨਾ ਆ ਜਦ ਤੁਸੀਂ ਇਹਨਾਂ ਨੂੰ ਜੋਬ ਨਹੀਂ ਦਿਓਗੇ ਜਦ ਇਹਨਾਂ ਕਿੱਤਾ ਮੁਖੀ ਨਹੀਂ ਬਣਾਓਗੇ ਸਕਿੱਲ ਡਿਵੈਲਪਮੈਂਟ ਦੇ ਉੱਤੇ ਨਹੀਂ ਜਾਓਗੇ ਕੋਈ ਆਈਟੀਆਈ ਨਹੀਂ ਖੋਲੋਗੇ ਇਸ ਹਲਕਿਆਂ ਦੇ ਵਿੱਚ ਕੋਈ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਨਹੀਂ ਕਰੋਗੇ ਤੁਸੀਂ ਖੋਲੇ ਕੀ ਨੇ ਕੈਂਸਰ ਹਸਪੀਟਲ ਕਿ ਤੁਸੀਂ ਮਰੋ ਤੇ ਇੱਥੇ ਤੁਹਾਡਾ ਇਲਾਜ ਤੇ ਉਹ ਦਵਾਈਆਂ ਵੀ ਕਿੱਥੋਂ ਸੋਰ ਤੋਂ ਬਣਨ ਗਈਆਂ ਉਹ ਵੀ ਲਾਲਿਆਂ ਨੇ ਬਣਾ ਕੇ ਸਾਨੂੰ ਵੇਚਣੀਆਂ ਨੇ ਸੋ ਸਾਡੀ ਲੁੱਟ ਦੇ ਸਾਧਨ ਜਿਹੜੇ ਨੇ ਉਹ ਉਹ ਜ਼ਰੂਰ ਇਹ ਪੈਦਾ ਕਰ ਰਹੇ ਨੇ ਤੇ ਉੱਤੋਂ ਸਾਨੂੰ ਇਹ ਪਿਆਰ ਦੀ ਪਛਾੜ ਕਿਹੜੇ ਪਿਆਰ ਦੀ ਗੱਲ ਕਰ ਰਹੇ ਨੇ ਪੰਜਾਬ ਵਿੱਚ ਜਿਵੇਂ ਦੀ ਸ਼ਾਂਤੀ ਇਹ ਜੋੜਾ ਲਿਆਉਣਾ ਚਾਹ ਰਿਹਾ ਆ ਜਿਹੜਾ ਰਗਵ ਚੱਡਾ ਤੇ ਕੇਜਰੀਵਾਲ ਨੇ ਪੰਜਾਬ ਦੇ 7 ਜਿਹੜੇ ਰਾਜ ਸਭਾ ਮੈਂਬਰ ਗਏ ਨੇ 7ਾਂ ਚੋਂ ਚਾਰ ਜਿਹੜੇ ਨੇ ਉਹ ਬੀਜੇਪੀ ਦੇ ਸਿੱਧੇ ਬੀਜੇਪੀ ਦੇ ਨੇ ਸਰਬ ਪਾਰਟੀ ਦੀ ਮੀਟਿੰਗ ਸੱਦੀ ਜਾਂਦੀ ਹੈ ਮਮਤਾ ਬੇਨਰਜੀ ਵੱਲੋਂ ਜਿੱਦੇ ਚ 22 ਪਾਰਟੀਆਂ ਸ਼ਾਮਲ ਹੁੰਦੀਆਂ ਨੇ ਆਪ ਪਾਰਟੀ ਬਾਹਰ ਰਹਿੰਦੀ ਆ ਉਹ ਵਿਰੋਧ ਜਦੋਂ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਨਹੀਂ ਗਏ ਕਹਿੰਦੇ ਅਸੀਂ ਇਸ ਕਰਕੇ ਨਹੀਂ ਗਏ ਕਿ ਕਾਂਗਰਸ ਸ਼ਾਮਲ ਸੀਗੀ ਹੁਣ ਕਾਰਨ ਇਹ ਆ ਵੀ ਜੇ ਕਾਂਗਰਸ ਨੂੰ ਬਾਹਰ ਰੱਖਦੇ ਨੇ ਤਾਂ 52 ਐਮਪੀ ਜਿਹੜੇ ਨੇ ਉਹਨਾਂ ਦੇ ਉਹ 52 ਰਾਜ ਸਭਾ ਦੇ ਵਿੱਚ ਉਹਨਾਂ ਦੇ 29 ਰਾਜ ਸਭਾ ਮੈਂਬਰ ਨੇ ਉਹ 29 ਜਿਹੜੇ ਨੇ ਉਹ ਵੋਟ ਨਹੀਂ ਪਾਉਣਗੇ ਜੇ ਉਹ ਜਾਣਦੇ ਨੇ ਤੇ ਇਹਨਾਂ ਦੀ ਵੋਟਰ ਜਦੋਂ ਉਹਨਾਂ ਦੀ ਵੋਟ ਘਟੂਗੀ ਰਾਸ਼ਟਰਪਤੀ ਦੇ ਕੈਂਡੀਡੇਟ ਦੀ ਵੋਟ ਆਟੋਮੈਟਿਕ ਹੀ ਘਟ ਜੂਗੀ ਜਾਂ ਕਾਂਗਰਸ ਬਾਹਰ ਹੋਗੀ ਤਾਂ ਇਹਦਾ ਮਤਲਬ ਇਹ ਆ ਕਿ ਇਹਨਾਂ ਦੀ ਵੋਟ ਜਿਹੜੀ ਆ ਉਹ ਭਾਜਪਾ ਨੂੰ ਭੁਗਤੂਗੀ ਠੀਕ ਹੈ ਇਹ ਗੱਲਾਂ ਸਮਝਣ ਵਾਲੀਆਂ ਨੇ ਇਹ ਜਿਹੜੀ ਗੱਲ ਕਹਿੰਦੇ ਨੇ ਵੀ ਬੀ ਟੀਮ ਮੈਂ ਕਹਿੰਦਾ ਇਹ ਏ ਟੀਮ ਆ ਇਹ ਬੀ ਹੈ ਨਹੀਂ ਇਹ ਏ ਆ ਔਰ ਏ ਹੀ ਰਹੂਗੀ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਭਗਵੰਤ ਮਾਨ ਦੀ ਜਿਹੜੀ ਲਿਆਕਤਾ ਜਾਂ ਭਗਵੰਤ ਮਾਨ ਦਾ ਜਿਹੜਾ ਕੈਰੈਕਟਰ ਜਾਂ ਭਗਵੰਤ ਮਾਨ ਦੀ ਜਿਹੜੀ ਕੋਈ ਕ੍ਰਾਪਸ਼ਨ ਦੀ ਗੱਲ ਆ ਇਹਦੇ ਉੱਤੇ ਤਾਂ ਕਦੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਉਹ ਇਮਾਨਦਾਰ ਨੇਕ ਤੇ ਉਹ ਕਰਨਾ ਵੀ ਬਹੁਤ ਕੋ ਚਾਹੁੰਦੇ ਨੇ ਪਰ ਭਗਵੰਤ ਮਾਨ ਕੁਝ ਨਹੀਂ ਕਰ ਸਕੂਗਾ ਮੈਂ ਗੁਰੂ ਘਰ ਚ ਬੈਠਾ ਤੁਸੀਂ ਦੇਖ ਲਿਓ ਉਹਦੇ ਹੱਥ ਹੱਥ ਕੜੀ ਨਾਲ ਪਿੱਛੇ ਬੰਨੇ ਹੋਏ ਨੇ ਮੂੰਹ ਤੇ ਟੇਪ ਲਾਈ ਹੋਈ ਆ ਕੰਨਾਂ ਦੇ ਵਿੱਚ ਇੱਕ ਹੈੱਡਫੋਨ ਲਾ ਦਿੱਤੇ ਨੇ ਜਿਹਦੇ ਵਿੱਚ ਆਵਾਜ਼ ਰਗਵ ਚੱਡਾ ਦੀ ਆਉਂਦੀ ਆ ਤੇ ਰਿਮੋਟ ਕੇਜਰੀਵਾਲ ਦੇ ਹੱਥ ਚ ਠੀਕ ਹੈ ਜੀ ਇਹ ਸਾਡੇ ਮੁੱਖ ਮੰਤਰੀ ਦਾ ਸਾਡੇ ਮੁੱਖ ਮੰਤਰੀ ਜਿਹੜੇ ਸਾਹਿਬ ਨੇ 20 ਸਾਲ ਲੋਕਾਂ ਦੀ ਗੱਲ ਕਰਦੇ ਰਹੇ ਨੇ ਕੈਸਟਾਂ ਦੇ ਵਿੱਚ ਲੋਕ ਮੁੱਦਿਆਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਭਗਵੰਤ ਮਾਨ ਇਸੇ ਲਈ ਮੈਂ ਉਹਨੂੰ ਪਿਆਰ ਕਰਦਾ ਕਿ ਭਗਵੰਤ ਮਾਨ ਨੂੰ ਤਾਂ ਕੱਲੀ-ਕੱਲੀ ਗੱਲ ਦਾ ਪਤਾ ਹੈ ਸਭ ਤੋਂ ਵੱਧ ਭਗਵੰਤ ਮਾਨ ਲੋਕਾਂ ਦੇ ਮਸਲੇ ਹੱਲ ਕਰੂਗਾ ਨਾਇਕ ਫਿਲਮ ਵਾਂਗੂ ਇਹ ਲੋਕਾਂ ਚਾਊਗਾ ਪਰ ਕੋਈ ਕੰਮ ਨਹੀਂ ਕੀਤਾ ਤੁਹਾਡੇ ਹੱਥਾਂ ਦੇ ਵਿੱਚੋਂ ਨੰਗਲ ਡੈਮ ਰੇਤ ਵਾਂਗੂ ਕਿਰ ਗਿਆ ਤੁਹਾਡੇ ਹੱਥਾਂ 'ਚੋਂ ਚੰਡੀਗੜ੍ਹ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਅਧਿਕਾਰ ਰੇਤ ਵਾਂਗੂ ਕਿਰ ਗਿਆ ਯੂਨੀਵਰਸਿਟੀ ਜਿਨੇ ਕਿੰਨੇ ਪੋਲਿਟਿਸ਼ੀਅਨ ਕਿੰਨੇ ਕਿੰਨੇ ਵਿਦਵਾਨ ਪੈਦਾ ਕੀਤੇ ਨੇ ਉਹ ਸਾਡੇ ਹੱਥਾਂ 'ਚ ਰੇਤ ਵਾਂਗੂ ਕਿਰਦੀ ਜਾਂਦੀ ਆ ਕਦੋਂ ਯਾਰ ਸਾਡੇ ਪੰਜਾਬ ਦੀ ਗੱਲ ਇਹ ਕਰਨਗੇ ਤਾਂ ਅਸੀਂ ਅਸੀਂ ਤਾਂ ਇਹਦੇ ਹਲਕੇ ਚਾਕੇ ਇੱਕ ਐਮਪੀ ਦੀ ਡਿਮਾਂਡ ਕੀਤੀ ਆ ਉਹਦੇ ਉੱਤੇ ਹੀ ਬੁਖਲਾਗੇ ਨੇ ਉਹਦੇ ਉੱਤੇ ਹੀ ਤੇਗ ਦੇ ਉੱਤੇ ਤੋਂਮ ਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਜਿਹੜੀ ਇੰਟੈਲੀਜੈਂਸੀ ਆ ਲੋਕਲ ਪੰਜਾਬ ਦੀ ਉਹਨੇ ਦੱਸ ਦਿੱਤਾ ਹੈ ਕਿ ਮਾਨਾ ਤੁਸੀਂ ਹਾਰ ਰਹੇ ਹੋ ਇਹ ਉਹਦੀ ਬਖਲਾਅਤ ਚੋਂ ਨਿਕਲਿਆ ਸਾਰਾ ਕੁਝ। ਨੱਥ ਸਵਾਰਾ ਜੀ ਮੇਰਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਵੀ ਬੰਦੀ ਸਿੰਘਾਂ ਦੀ ਰਹਿ aí ਦੀ ਗੱਲ ਕਰ ਰਿਹਾ ਹੈ। ਕਿਤੇ ਨਾ ਕਿਤੇ ਤੁਸੀਂ ਵੀ ਮੂਵਮੈਂਟ ਦੇ ਵਿੱਚ ਰਹੇ ਹੋ। ਰਾਜਵਾਨਾ ਸਾਹਿਬ ਦੇ ਭੈਣ ਚੋਣਾਂ 'ਚ ਖੜੇ ਨੇ। ਕੀ ਲੱਗਦਾ ਵੀ ਤੁਹਾਨੂੰ ਨਹੀਂ ਕੋਈ ਅੰਦਰੋਂ ਜਾਂ ਕਹਿ ਲਈ ਰਾਜਵਾਨਾ ਸਾਹਿਬ ਵੱਲੋਂ ਜਾਂ ਤੁਹਾਡੇ ਜਿਹੜੇ ਫੋਰ ਬੰਦੀ ਸਿੰਘਾਂ ਵੱਲੋਂ ਤੁਹਾਨੂੰ ਕਿਹਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਪੋਰਟ ਕਰੋ ਤੁਸੀਂ ਸਿਵਲ ਰਮਾਨ ਦੀ ਸਪੋਰਟ ਨਾ ਕਰੋ। ਇਦਾਂ ਦੇ ਕੋਈ ਤੁਹਾਡੇ ਤੇ ਪ੍ਰਭਾਵ ਪਾਏ ਹੁਣ। ਵੇਖੋ ਇੱਕ ਗੱਲ ਤਾਂ ਇਹ ਸਾਫ਼ ਹੈ ਕਿ ਕਿਤੇ ਨਾ ਕਿਤੇ ਰਹਿ aí ਵਾਲੀ ਨਹੀਂ ਗੱਲ। ਮੈਂ ਤਾਂ 14 ਸ ਸਦਾ ਹੀ ਇਸ ਮੂਮੈਂਟ ਦੇ ਵਿੱਚ ਰਿਆਂ ਕਾਲਕੋ ਸੰਘਰਸ਼ ਦੇ ਜਿਨ ਵੇਖੋ ਜਿਨ੍ਹਾਂ ਨੇ ਪਿੰਜਰੇ ਚ ਪਾਇਆ ਉਹ ਆਜ਼ਾਦ ਕਰਨ ਦੀ ਗੱਲ ਕਰ ਰਹੇ ਨੇ ਸਭ ਤੋਂ ਵੱਡੀ ਸਭ ਤੋਂ ਵੱਡੀ ਖਤਰਨਾਕ ਗਲਤ ਹੈ ਇਹ ਆ ਕਿ ਜਿਨ੍ਹਾਂ ਨੇ ਤੁਹਾਡਾ ਗਲ ਕੁੱਟਿਆ ਜਿਨ੍ਹਾਂ ਨੇ ਤੁਹਾਨੂੰ ਪਿੰਜਰੇ ਚ ਪਾਇਆ ਜਿਨ੍ਹਾਂ ਨੇ ਤੁਹਾਨੂੰ ਕਤਲ ਕੀਤਾ ਆ ਉਹ ਉਸ ਮਰੇ ਹੋਏ ਬੰਦੇ ਦੇ ਸਹਰਾਣੇ ਬਹਿ ਕੇ ਕਹਿਣ ਕਿ ਮੈਂ ਆ ਦੀ ਰਾਖੀ ਕਰ ਰਹੇ ਹਾਂ ਓਵੇਂ ਦੀ ਗੱਲ ਆ ਕਿ ਇਹ ਗੱਲ ਦਾ ਇਹ ਗੱਲ ਦਾ ਚੰਗੀ ਤਰ੍ਹਾਂ ਸੁਖਵੀਰ ਬਾਦਲ ਨੂੰ ਪਤਾ ਆ ਕਿ ਕਮਲਜੀਤ ਕੌਰ ਜੇ ਐਮਪੀ ਬਣਦੀ ਆ ਤੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਸਕਦੀ ਇਹ ਉਹਨੂੰ ਪਤਾ ਹੈ ਜੇ ਐਮਪੀ ਨਾਲ ਰਿਹਾਈ ਹੁੰਦੀ ਹੋਵੇ ਤਾਂ ਫਿਰ ਦੋਵੇਂ ਜੀਓ ਐਮਪੀ ਨੇ ਤੇ ਰਹੇ ਵੀ ਨੇ 10 ਸਾਲਾਂ ਦੀ ਸਰਕਾਰ ਰਹੀ ਆ ਸਾਡੀ ਜਿਹੜੀ ਮਾਫੀ ਸੀ ਕੈਦੀਆਂ ਦੀ ਵੈਸੇ ਤਾਂ ਖਾਲਸੇ ਨੇ ਕਦੀ ਮਾਫੀ ਮੰਗੀ ਨਹੀਂ ਪਰ ਜਿਹੜੀ ਸਰਕਾਰ ਵੱਲ ਆਉਂਦੀ ਸੀ ਉਹ ਮਾਫੀ ਜਦੋਂ ਗ੍ਰਹਿ ਮੰਤਰੀ ਸੀਗਾ ਸੁਖਬੀਰ ਸਿੰਘ ਬਾਦਲ ਇਨੇ ਕੋਟ ਕਰਕੇ ਉੱਤੇ ਨੋਟ ਪਾਇਆ ਹੋਇਆ ਸੀ ਨੋਟ ਅੱਤਵਾਦੀਆਂ ਨੂੰ ਮਾਫੀ ਨਹੀਂ ਇਹ ਗ੍ਰਹਿ ਵਿਭਾਗ ਦੇ ਵਿੱਚ ਸੀ ਗ੍ਰਹਿ ਮੰਤਰੀ ਸੀਗਾ ਉਦੋਂ ਸਟੇਟ ਦਾ ਆਪਣੀ ਦਾ ਉਪ ਮੁੱਖ ਮੰਤਰੀ ਵੀ ਸੀਗਾ ਤੇ ਗ੍ਰੈਵ ਭਾਗੇ ਦੇ ਕੋਲ ਸੀ ਇਸ ਬੰਦੇ ਨੇ ਹਾਲਾਂਕਿ ਮੁੱਖ ਮੰਤ ਮੈਂ ਇੱਕ ਤੁਹਾਨੂੰ ਬੜੀ ਅੱਜ ਅਜੀਬ ਗੱਲ ਦੱਸਾਂਗਾ ਸਭ ਤੋਂ ਵੱਧ ਸਾਡਾ ਕਾਣ ਬੀਨਤ ਸਿੰਘ ਨੇ ਕੀਤਾ ਆ ਤੇ ਇਹ ਆਨ ਦਾ ਰਿਕਾਰਡ ਆ ਪੰਜਾਬ ਦੇ ਵਿੱਚ ਇਤਿਹਾਸ ਆਕ ਸਭ ਤੋਂ ਵੱਧ ਲੋਕਾਂ ਨੂੰ ਜਿਹੜੀ ਮਾਫੀ ਦਿੱਤੀ ਹੈ ਕੈਦੀਆਂ ਨੂੰ ਉਹ ਬਿਆਨਤ ਸਿੰਘ ਸਰਕਾਰ ਨੇ ਦਿੱਤੀ ਆ ਦੂਜਾ ਨੰਬਰ ਕੈਪਟਨ ਅਮਰਿੰਦਰ ਸਿੰਘ ਦਾ ਤੇ ਪਠੱਲ ਦਾ ਆ ਤੇ ਇਹ ਜਿਹੜੇ ਲੋਕ ਸਦਾ ਜੇਲਾ ਚ ਰਹੇ ਨੇ ਜਿਹੜੇ ਕਹਿੰਦੇ ਨੇ ਜੇਲਾ ਕਟੀਆਂ ਨੇ ਸਭ ਤੋਂ ਵੱਧ ਜਿਹੜੀ ਕੈਦੀਆਂ ਦੀ ਮਾਫੀ ਜਿਹੜੀ ਖੋਈ ਆ ਜਦੋਂ ਇਹ ਕਹਿੰਦੇ ਨੇ ਐਨਡੀਪੀਐਸ ਵਾਲੇ ਨੂੰ ਮਾਫੀ ਨਹੀਂ ਭੁੱਕੀ ਵਾਲੇ ਕੇਸ ਵਾਲੇ ਨੂੰ ਤੁਸੀਂ ਇਹ 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 ਮਾਰੂ ਨਾ ਥੋੜਾ ਨੇ ਜਿਨ੍ਹਾਂ ਨੂੰ ਤੁਸੀਂ ਇੰਨਾ ਜ਼ਿਆਦਾ ਤੰਨ ਦਿੱਤਾ ਹੈ ਰੇਪਿਸਟ ਨੂੰ ਵੀ ਮਾਫੀ ਨਹੀਂ ਟਾੜਾ ਵਾਲੇ ਨੂੰ ਵੀ ਮਾਫੀ ਨਹੀਂ ਤੇ ਐਨਡੀਪੀਐਸ ਵਾਲੇ ਨੂੰ ਮਾਫੀ ਨਹੀਂ ਕਾਰਨ ਇਹ ਸੈਂਟਰ ਦੀ ਪਾਲਿਸੀ ਸੀ ਕਿ ਖਾੜਕੂ ਸੰਘਰਸ਼ ਤੋਂ ਬਾਅਦ ਇੱਕ ਇਦਾਂ ਦਾ ਐਕਟ ਲਿਆਂਦਾ ਜਾਏ ਜਿਹਨੂੰ ਇਹਨਾਂ ਮਜ਼ਬੂਤ ਕੀਤਾ ਜਾਏ ਇੱਕ ਕਿਲੋ ਵੀ ਕਿਸੇ ਨੌਜਵਾਨ ਤੋਂ ਪੁੱਕੀ ਫੜੀਏ ਚੱਲ 10 ਸਾਲ ਅੰਦਰ ਮਾਲਵੇ ਦੇ ਵਿੱਚ ਹਜ਼ਾਰਾਂ ਬੰਦੇ ਜੇਲ੍ਹਾਂ ਭਰੀਆਂ ਪਈਆਂ ਨੇ ਇਹ ਗੱਲਾਂ ਸੋਚਣ ਵਾਲੀਆਂ ਨੇ ਠੀਕ ਹੈ ਜੀ ਸੋ ਮੈਂ ਇਹ ਗੱਲ ਜਿਹੜੀ ਆਪਾਂ ਕਰ ਰਹੇ ਸਾਂ ਬੰਦੀ ਸਿੰਘਾਂ ਦੀ ਇਹ ਗੱਲ ਜਿਹੜੀ ਆ ਇਹ ਜਿਹੜਾ ਈਡੀ ਦਾ ਸਾਪ ਆ ਈਡੀ ਦੇ ਸਾਪ ਨੇ ਫਨਕਾਰਾਂ ਮਾਰਿਆ ਬਾਦਲ ਪਿੰਡ ਆ ਕੇ ਵੀ ਤਗੜੇ ਹੋ ਜੋ ਨਹੀਂ ਤੇ ਮਾਨ ਦੇ ਬਰਾਬਰ ਬੰਦਾ ਖੜਾ ਕਰੋ ਤੇ ਖੜਾ ਵੀ ਉਹ ਕਰੋ ਫਿਰ ਕਿੱਥੋਂ ਖੜਾ ਕੀਤਾ ਹੁਣ ਜੇ ਤਾਂ ਖਾੜਕੂਆਂ ਦਾ ਉਹ ਕੁੜੀ ਹਰਦੀ ਆ ਤਾਂ ਵੀ ਉਹਨਾਂ ਦੀ ਜਿੱਤ ਜੇ ਉਹ ਜਿੱਤਦੀ ਆ ਤਾਂ ਫਿਰ ਜਿੱਤ ਹੈ ਹੀ ਤੁਸੀਂ ਵੇਖੋਗੇ ਜਿਹੜੀ ਪਾਰਟੀ ਵੱਲੋਂ ਖਲੋਤੀ ਆ ਉਸ ਪਾਰਟੀ ਦੇ ਜਿਹੜੇ ਪ੍ਰਧਾਨ ਆ ਉਹਦੀ ਵੀ ਉਹਨਾਂ ਦੇ ਫੋਟੋ ਨਹੀਂ ਹੈਗੀ ਨਾਲ ਪਤਾ ਲੋਕਾਂ ਨੇ ਪੋਸਟਰ 파ੜ ਦੇਨੇ ਨੇ ਠੀਕ ਹੈ ਜੀ ਹੁਣ ਇਹ ਤਾਂ ਜੇ ਮੰਨ ਲਓ ਅਕਾਲੀ ਦਲ ਅੰਮ੍ਰਿਤਸਰ ਨਾਲੋਂ ਖੜਦੀ ਆ ਠੀਕ ਆ ਤਾਂ ਸਾਂਝਾ ਪੰਥ ਦਾ ਉਮੀਦਵਾਰ ਕਿੰਨੀਆਂ ਪੰਥਕ ਧਿਰਾਂ ਨੇ ਉਹਦੇ ਨਾਲ ਅਕਾਲੀ ਦਲ ਬਾਦਲ ਦੇ ਨਾਲ ਕੌਣ ਖੜੂਗਾ ਫੇਰ ਇਹ ਗੱਲ ਮੂੰਹ ਚ ਪਾਈ ਜਾਂਦੀ ਆ ਵੀ ਰਾਜਵਾਨੇ ਨੇ ਕਿਹਾ ਵੀ ਤੱਕੜੀ ਦੇ ਚੌਣ ਲੜਨੀ ਆ ਮੈਂ ਹੁਣ ਉਹਦੇ ਉੱਤੇ ਤਾਂ ਕੋਈ ਗੱਲ ਨਹੀਂ ਕਰ ਸਕਦਾ ਅਸੀਂ ਹਾਮੀ ਸਫਰ ਇਕੱਠੇ ਰਹੇ ਆ ਜੋ ਵੀ ਹੈ ਇਸ ਮੂਮੈਂਟ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਕੰਮ ਕੀਤਾ ਹੈ ਉਹਨਾਂ ਨੇ ਪੰਜਾਬ ਦੀ ਪੱਤ ਇੱਕ ਵਾਰੀ ਸਿਰ ਤੇ ਰੱਖੀ ਆ ਪੱਗ ਸਿਰ ਤੇ ਰੱਖੀ ਆ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੰਘਰਸ਼ ਦੇ ਵਿੱਚ ਪਰ ਇੱਥੇ ਜਿੱਥੇ ਉਹਨਾਂ ਨੇ ਮੋੜ ਕੱਟਿਆ ਆ ਇਹ ਆਉਣ ਵਾਲੇ ਇਤਿਹਾਸ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਸੋਚਣਾ ਪਏਗਾ ਵੀ ਇਹ ਗਲਤ ਫੈਸਲਾ ਲਿਆ ਆ ਠੀਕ ਹੈ ਜੀ ਇਹ ਗਲਤ ਫੈਸਲਾ ਹੈ ਪਰ ਸੈਂਟਰ ਦੇ ਤੇ ਬਾਦਲਾਂ ਦੇ ਹੱਥ ਦੋਨਾਂ ਹੱਥਾਂ ਚ ਲੱਡੂ ਆ ਇੱਕ ਤਾਂ ਇਸ ਗੱਲ ਤੋਂ ਬਚ ਜਾਣਗੇ ਹਾਰ ਉਹਨਾਂ ਤਾਂ ਵੀ ਜਾਣਾ ਸੀ ਜੇ ਹੁਣ ਹਾਰਦੀ ਆ ਤੇ ਖਾੜਕੂਆਂ ਦੀ ਕੁੜੀ ਹਰੇਗੀ ਬਾਦਲ ਨਹੀਂ ਹਰਨਗੇ ਇਹ ਇਹ ਗੱਲ ਹੈ ਤਾਂ ਦੂਜੀ ਗੱਲ ਆਪਣਾ ਕਮਜ਼ੋਰ ਕੈਂਡੀਡੇਟ ਦੇਣਾ ਇਹ ਭਾਜਪੀ ਨੇ ਕਿਹਾ ਹੈ ਠੀਕ ਹੈ ਜੀ ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਸਾਨੂੰ ਸੋਚਣ ਵਾਲੀਆਂ ਨੇ ਲੋਕਾਂ ਨੂੰ ਵਿਚਾਰ ਲਿਆ ਕੇ ਖੜਾ ਕਰਤਾ ਕਿ ਕਿਹਨੂੰ ਚੁਣੋਗੇ ਔਰ ਪੋਸਟਰ ਦੇ ਉੱਤੇ ਕੀ ਲਿਖਿਆ ਹੈ ਸਾਰੇ ਪੋਸਟਰਾਂ ਤੇ ਹੁਣ ਅੱਜ ਤੋਂ ਬਾਅਦ ਤੁਹਾਡੇ ਚੈਨਲ ਤੋਂ ਬਾਅਦ ਜੇ ਬਦਲਣਗੇ ਤਾਂ ਫਿਰ ਇਹ ਸਹਿਰਤਾ ਨਹੀਂ ਹੋਊਗੀ ਹੁਣ ਐਵੇਂ ਹੀ ਚੱਲਣ ਦੇਣਾ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਬੰਦੀ ਸਿੰਘ ਦੀ ਰਿਹਾਈ ਬੰਦੀ ਸਿੰਘ ਦੀ ਰਿਹਾਈ ਹੈ ਜਿਹਦੇ ਲਈ ਸ਼ੁਰੂ ਤੋਂ ਅਕਾਲੀ ਦਲ ਚਾਰਾਜੋਈ ਕਰ ਰਿਹਾ ਹੈ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਤੇ ਉੱਥੇ ਭੁੱਲਰ ਦੀ ਵੀ ਫੋਟੋ ਹੁੰਦੀ ਉੱਥੇ ਜਥੇਦਾਰ ਹਵਾਰੇ ਦੀ ਵੀ ਫੋਟੋ ਹੁੰਦੀ ਉੱਥੇ ਬਾਕੀ ਸਿੰਘਾਂ ਦੀ ਵੀ ਫੋਟੋ ਹੁੰਦੀ ਪਰ ਭੁੱਲਰ ਤਾਂ ਅਤਵਾਦੀ ਆ ਜਿਹਨੂੰ ਪੰਜਾਬ ਚ ਆਉਣ ਤੋਂ ਵੀ ਡਰ ਲੱਗਦਾ ਏ ਇਸ ਬਾਦ ਲਾਣੇ ਨੇ ਮੈਂ ਗੁਰੂ ਘਰ ਚ ਬਹਿ ਕੇ ਕਹਿਣ ਲਿਆ ਬਾਪੂ ਗੁਰਦੇਵ ਸਿੰਘ ਹੁਣੀ ਦੋ ਭਰਾ ਤੇ ਤਿੰਨ ਜਣੇ ਉਹਨਾਂ ਦੇ ਹੋਰ ਨਾਲ ਉਹਨਾਂ ਤੇ ਮਿੱਤ ਸਿੰਘ ਥਾਣੇਦਾਰ ਜਿਹਨੂੰ ਜਥੇਦਾਰ ਬੋਤ ਸਿੰਘ ਵਾਲੇ ਨੇ ਮੌਤ ਦੀ ਘਾਟ ਉਤਾਰਿਆ ਸਜ਼ਾ ਦਿੱਤੀ ਸੀ ਉਹਨੂੰ ਉਸ ਮਿੱਤ ਸਿੰਘ ਥਾਣੇਦਾਰ ਦਾ ਕੇਸ ਜਿਹੜਾ ਬਲਬਹਾਦਰ ਸਿੰਘ ਸ਼ਹੀਦ ਹੋਇਆ ਬੁੱਧ ਸਿੰਘ ਵਾਲੇ ਦੇ ਨਾਲ ਉਹਦੇ ਫਾਦਰ ਦੇ ਉੱਤੇ ਗਰਦੀਪ ਸਿੰਘ ਤੇ ਉਹਦਾ ਭਰਾ ਸੀ ਜੋਰਾ ਉਹਨਾਂ ਦੋਨਾਂ ਦੇ ਉੱਤੇ ਕੇਸ ਤੇ ਤਿੰਨ ਬੰਦੇ ਪਿੰਡ ਦੇ ਹੋਰ ਸੀ ਉਮਰ ਕੈਦ ਉਹਨਾਂ ਨੂੰ ਹੋ ਗਈ ਟਾੜਾ ਦੇ ਵਿੱਚ ਜਨਕ ਵਿਚਾਰਾਂ ਦਾ ਕੋਈ ਕਸੂਰ ਨਹੀਂ ਸੀ ਹੈਗਾ 82 ਸਾਲ ਦੀ ਉਮਰ ਦੇ ਵਿੱਚ ਇਸ ਬਾਦਲ ਨੇ ਉਹਦਾ ਨਕਸ਼ਾ ਵਾਪਸ ਕੀਤਾ ਸਟੇਟ ਨੂੰ ਇਤੋਂ ਖਤਰਾ ਆਇਆ ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨਗੇ ਜਿੱਥੇ ਮਰਜ਼ੀ ਮਰਨ ਨਾਲ ਸਾਰਾ ਟੱਬਰ ਆ ਕੇ ਗੱਲ ਕਰ ਲੈਣ ਇਸ ਵਿਸ਼ੇ ਦੇ ਉੱਤੇ ਕਿ ਇਹ ਮੈਂ ਕੱਲ ਰਾਮੂ ਵਾਲੀ ਨੇ ਇੱਕ ਬਿਆਨ ਦਿੱਤਾ ਆ ਜਿਹੜਾ ਇਹਨਾਂ ਨੇ ਇਹਨਾਂ ਦੀ ਜੁੰਡਲੀ ਦਾ ਕਿਤੇ ਨਾ ਕਿਤੇ ਨਾਲ ਰਿਹਾ ਆ ਕਿਤੇ ਨਾ ਕਿਤੇ ਘੋ ਖਿਚੜੀ ਰਹੇ ਨੇ ਪਰ ਉਹ ਗੱਲ ਜ਼ਰੂਰ ਕਰਦਾ ਆ ਉਹ ਕਹਿੰਦਾ ਸੂਰਜ ਦੂਜੇ ਪਾਸੇ ਚੜ ਸਕਦਾ ਆ ਧਰਤੀ ਪਲਟ ਸਕਦੀ ਆ ਖੁਸਰਿਆਂ ਦੇ ਕਰ ਬੱਚਾ ਹੋ ਸਕਦਾ ਆ ਠੀਕ ਆ ਪਰ ਇਹ ਪਰਿਵਾਰ ਤੋਂ ਪੰਥ ਕਦੀ ਉਮੀਦ ਨਾ ਕਰੇ ਕਿ ਇਹ ਪਰਿਵਾਰ ਪੰਥ ਦਾ ਭਲਾ ਕਰ ਲੂਗਾ ਇਹ ਗੱਲ ਰੰਮੋ ਵਾਲੀ ਨੇ ਆਉਣ ਜਿਹੜਾ ਆ ਚੈਨਲ ਦੇ ਉੱਤੇ ਕਹੀ ਆ ਠੀਕ ਹੈ ਜੀ ਸੋ ਜਿਹੜਾ ਇਹ ਛਲਾਵਾ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਨ ਸੀਟ ਛੱਡਣ ਇਹ ਤਾਂ ਸਭ ਤੋਂ ਵੱਡਾ ਧੂਖਾ ਪੰਥ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਐ ਨਹੀਂ ਹੋਣੀ ਬੰਦੀ ਸਿੰਘਾਂ ਦੀ ਰਿਹਾਈ ਤੁਹਾਡੀ ਕਲਮ ਨਾ ਹੋਣੀ ਸੀ ਅਡਵਾਨੀ 1999 2000 ਦੇ ਵਿੱਚ 1999 2000 ਦੇ ਵਿੱਚ ਟਕਸਾਲ ਦੇ ਰਾਹੀਂ ਟੌੜੇ ਰਾਹੀਂ ਜਦੋਂ ਗੱਲਬਾਤ ਹੋਈ ਤੇ ਇਹ ਬਾਦਲ ਜਾ ਕੇ ਅਡਵਾਨੀ ਦੇ ਸਰਹਾਣੇ ਬਹਿ ਕੇ ਕਹਿੰਦਾ ਕਿ ਇਹਨਾਂ ਕੰਜਰਾਂ ਨੇ ਕੱਲ ਨੂੰ ਸਾਨੂੰ ਮਾਰਨ ਆਇਆ ਇਹਨਾਂ ਨੂੰ ਕਿਉਂ ਛੱਡਿਆ ਸੀ ਇਹ ਇਹ ਉਹਦੀ ਸਪੀਚ ਆ ਇਹ ਉਹਦੀ ਬੋਲਬਾਣੀ ਆ ਅਡਵਾਨੀ ਦੇ ਕੋਲ ਜਦੋਂ ਟੌੜੇ ਨੇ ਜਾ ਕੇ ਗੱਲ ਕੀਤੀ ਕਿ ਮੁੰਡਿਆਂ ਨੂੰ ਛੱਡ ਦਿਓ ਜੀ ਹੁਣ ਉਹ ਕਹਿੰਦੇ ਸਾਨੂੰ ਕਦੀ ਕਿਸ ਨੇ ਕਿਹਾ ਹੀ ਨਹੀਂ ਸਾਨੂੰ ਕਦੀ ਕਿਸ ਨੇ ਕਿਹਾ ਹੀ ਨਹੀਂ ਕਿ ਮੁੰਡੇ ਛੱਡ ਦਿਓ ਇਹ ਪੰਥ ਦਾ ਭਲਾ ਕਰਨਗੇ ਇਹ ਤਾਂ ਇਹ ਤਾਂ ਟਾਪ 10 ਚਾਹੁੰਦੇ ਨੇ ਗਦਾਰਾਂ ਦੇ ਵਿੱਚ ਤੇ ਟਾਪ 10 ਚ ਵੀ ਪਹਿਲਾ ਨੰਬਰ ਹੋਊਗਾ ਇਸ ਪਰਿਵਾਰ ਦਾ ਜਿਹੜੇ ਕੌਮੀ ਗਦਾਰ ਹੋਣਗੇ ਸੰਤਾਂ ਨੂੰ ਸ਼ਹੀਦ ਕਰਵਾਉਣ ਵਾਲੇ ਸਾਡੇ ਸਾਡੀਆਂ ਸ਼ਹੀਦ ਛਾਤਾਂ ਦੇ ਉੱਤੇ ਟੇਬਲ ਢਾ ਕੇ ਉਹਦੇ ਉੱਤੇ ਸਾਡੇ ਥੱਲੇ ਹੱਥ ਤਾਰ ਕੇ ਉਹਦੇ ਉੱਤੇ ਇਜਹਾਰ ਆਲਮ ਨੂੰ ਬਿਠਾਉਣ ਵਾਲੇ ਇਹ ਲੋਕ ਸਨ ਉਹਦੀ ਘਰ ਵਾਲੀ ਇਹਨਾਂ ਦੀ ਐਮਐਲਏ ਰਹੀ ਆ ਇਹ ਇਹ ਤੁਹਾਨੂੰ ਇਨਸਾਫ ਦੇਉਣਗੇ ਇਜਹਾਰ ਆਲਮ ਰਿਹਾ ਜਿਨੇ ਸਭ ਤੋਂ ਵੱਧ ਸਾਡਾ ਨੁਕਸਾਨ ਕੀਤਾ ਸਾਡੀਆਂ ਧੀਆਂ ਨਾਲ ਰੇਪ ਤੱਕ ਕਰਵਾਏ ਉਹਨਾਂ ਨੇ ਕੈਟ ਬਣਵਾ ਕੇ ਉਹ ਇਜਹਾਰ ਆ আলম ਇਹਨਾਂ ਦਾ ਚਿਹਤਾ ਰਿਹਾ ਸਮੇਧ ਸੈਣੀ ਜਿਨ੍ਹਾਂ ਨੇ ਗੁਪਤਾਂਗਾ ਚ ਡੰਡੇ ਪਾਪਾ ਕੇ ਸਾਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਆਪੋਜਟ ਪਾੜੇ ਸਾਡੇ ਬੰਦੇ ਠੀਕ ਹੈ ਜੀ ਉਹ ਬੰਦੇ ਇਹਨਾਂ ਤੇ ਚਿਹਤੇ ਰੇ ਇਹਨਾਂ ਦੇ ਰਾਜ ਚ ਡੀਜੀ ਪੇ ਰਹੀ ਯਾਰ ਇਹਨਾਂ ਤੋਂ ਉਮੀਦ ਕਰੋ ਕਮਾਲ ਦੀ ਗੱਲ ਗੌਰਤਮਾ ਜ਼ਹਿਰ ਛੱਡ ਸਕਦਾ ਹੈ ਬਾਦਲ ਸਿੱਖੀ ਦਾ ਭਲਾ ਨਹੀਂ ਕਰ ਸਕਦੇ ਨਵਾ ਤੁਸੀਂ ਕੀਮਤੀ ਸਮੇਂ ਚੋਂ ਟਾਈਮ ਦਿੱਤਾ ਸੋ ਐਸੀ ਬਾਬਾ ਬਖਸ਼ੀਰ ਸਿੰਘ ਜੀ ਜਿਨ੍ਹਾਂ ਨੇ ਚੋਣ ਪ੍ਰਚਾਰ ਸਬੰਧੀ ਜਾਂ ਕਹ ਲਈ ਆਉਣ ਵਾਲੀ ਰਾਜਨੀਤੀ ਨਾਲ ਲੰਘ ਚੁੱਕੇ ਸਮੇਂ ਦੀਆਂ ਜਿਹੜੀਆਂ ਜਾਦਾਂ ਤਾਜ਼ੀਆਂ ਕੀਤੀਆਂ ਸੋ ਆਪਾਂ ਆਉਣ ਵਾਲੇ ਟਾਈਮ ਚ ਕਿਸੇ ਹੋਰ ਸ਼ਖਸੀਤ ਨੂੰ ਤੁਹਾਡੇ ਰੂਪੂ ਕਰਾਂਗੇ ਤਦ ਤੱਕ ਸਾਨੂੰ ਇਜਾਜ਼ਤ ਦਿਓ ਜੀ ਧੰਨਵਾਦ